ਖੁਸ਼ ਹੈ ਤਾਂ ਰੱਬ ਵੀ ਖੁਸ਼ ਹੈ, ਖੁਸ਼ ਫਿਰਦੀ ਕਰਵਾਲੀ। ਈਟਾਂ ਵਰਗੇ ਦਿਨ ਲੱਗਦੇ ਨੇ ਤੇ ਰਾਤਾਂ ਵਾਂਗ ਦੀਵਾਲੀ। ਓ ਮੇਰੀ ਨੰਨੀ ਸੀ ਗੁੜੀਆ, ਓ ਮੇਰੀ ਨੰਨੀ ਸੀ ਗੁੜੀਆ, ਤੂੰ ਮੇਰੀ ਜਿੰਦ ਜਾਨ ਹੈ। ਤੇਰੇ ਸਿਰ ਤੋਂ ਮੇਰੇ ਦਿਲ ਦੀ ਹਰ ਖੁਸ਼ੀ ਕੁਰਬਾਨ ਹੈ। ਤੇਰੇ ਸਿਰ ਤੋਂ ਮੇਰੇ ਦਿਲ ਦੀ ਹਰ ਖੁਸ਼ੀ ਕੁਰਬਾਨ ਹੈ। ਓ ਮੇਰੀ ਨੰਨੀ ਸੀ ਗੁੜੀਆ, ਓ ਮੇਰੀ ਨੰਨੀ ਸੀ ਗੁੜੀਆ। ਹਾਸਾ ਤੇਰਾ ਖੇਲ ਤਮਾਸ਼ਾ ਮੇਰਾ, ਸੋਹਣੀਏ ਹਾਸਾ ਤੇਰਾ ਖੇਲ ਤਮਾਸ਼ਾ ਮੇਰਾ। ਮੇਰਾ ਤਾਂ ਚੜੇ ਸਵੇਰਾ ਜਦੋਂ ਮੁੱਖ ਵੇਖਾਂ ਤੇਰਾ, ਮੇਰਾ ਤਾਂ ਚੜੇ ਸਵੇਰਾ ਜਦੋਂ ਮੁੱਖ ਵੇਖਾਂ ਤੇਰਾ। ਤੇਰੇ ਪੈਰਾਂ ਦੇ ਸਦਕੇ ਖੁਸ਼ੀ ਨਾਲ ਭਰਿਆ ਵੇੜਾ, ਖੁਸ਼ੀ ਨਾਲ ਭਰਿਆ ਵੇੜਾ, ਖੁਸ਼ੀ ਨਾਲ ਭਰਿਆ ਵੇੜਾ। ਤੂੰ ਖੁਸ਼ੀ ਤੂੰ ਖੁਸ਼ ਨਸੀਬੀ, ਤੂੰ ਖੁਸ਼ ਨਸੀਬੀ, ਤੂੰ ਮੇਰੀ ਮੁਸਕਾਨ ਹੈ। ਤੇਰੇ ਸਿਰ ਤੋਂ ਮੇਰੇ ਦਿਲ ਦੀ ਹਰ ਖੁਸ਼ੀ ਕੁਰਬਾਨ ਹੈ। ਅਸੀਂ ਬਹੁਤ ਬੜਭਾਗੇ ਹਾਂ, ਸਾਨੂੰ ਪਰਮਾਤਮਾ ਨੇ ਪੜੋਤੀ ਦਿੱਤੀ, ਮਾਲਕ ਉਹਨੂੰ ਤੰਦਰੁਸਤੀ ਬਖਸ਼ੇ। ਜਿੰਨਾ ਚਿਰ ਸਾਡੇ ਕੋਲ ਰਹੀ ਅਸੀਂ ਉਹਨੂੰ ਬਹੁਤ ਪਿਆਰ ਕੀਤਾ, ਉਹ ਸਾਡੇ ਨਾਲ ਬਹੁਤ ਖੁਸ਼ ਰਹੇ। ਦਿਨ ਕੱਲ ਨਹੀਂ ਆਉਣਾ, ਅੱਜ ਗਿਆ ਦਿਨ ਕੱਲ ਨਹੀਂ ਆਉਣਾ, ਖੁਸ਼ੀਆਂ ਦਾ ਫਰਮਾਨ ਹੈ। ਤੇਰੇ ਸਿਰ ਤੋਂ ਮੇਰੇ ਦਿਲ ਦੀ ਹਰ ਖੁਸ਼ੀ ਕੁਰਬਾਨ। ਮੇਲੇ ਲੱਗ ਗਏ ਨੇ ਖੁਸ਼ੀਆਂ ਦੇ, ਮੇਲੇ ਲੱਗ ਗਏ ਨੇ।
ਖੁਸ਼ੀਆਂ ਦੇ ਰੱਬਾ ਤੇਰੀ ਮਿਹਰਬਾਨੀ, ਮੇਲੇ ਲੱਗ ਗਏ ਨੇ ਖੁਸ਼ੀਆਂ ਦੇ ਰੱਬਾ ਤੇਰੀ ਮਿਹਰਬਾਨੀ, ਮੇਲੇ ਲੱਗ ਗਏ ਨੇ ਖੁਸ਼ੀਆਂ ਦੇ, ਮੇਲੇ ਲੱਗ ਗਏ ਨੇ ਖੁਸ਼ੀਆਂ ਦੇ ਰੱਬਾ ਤੇਰੀ ਮਿਹਰਬਾਨੀ, 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 ਰੱਬਾ ਤੇਰੀ ਮਿਹਰਬਾਨੀ। ਜਦੋਂ ਨਾ ਵੀ ਜਸ ਅਤੇ ਨਾ ਮਨਦੀਪ ਛੋਟੇ ਛੋਟੇ ਹੁੰਦੇ ਸੀਗੇ, ਸਾਨੂੰ ਉਹਨਾਂ ਦੀ ਝਲਕ ਗ੍ਰੇਸ ਦੇ ਵਿੱਚੋਂ ਪਈ ਵੀ ਉਹਨਾਂ ਸਾਡਾ ਉਹ ਵੀ ਮੋਹ ਨਹੀਂ ਤਾਂ ਕਰਦੇ ਜਿੰਨਾ ਜ਼ਿਆਦਾ ਸਾਡਾ ਗ੍ਰੇਸ ਕਰਦੀ ਸੀਗੀ। ਅਤੇ ਮੈਨੂੰ ਛੱਡੋ, ਜਦੋਂ ਉਹਨੇ ਜਸਵਿੰਦਰ ਨੂੰ, ਮੇਰੀ ਵਾਈਫ ਇਹਨਾਂ ਨੂੰ ਦੇਖ ਲੈਣਾ, ਬਸ ਉਹਨੇ ਜੋ ਖਾਂਦੀ ਪੀਂਦੀ ਛੱਡ ਕੇ ਬਸ ਭੱਜ ਕੇ ਉਹਨੇ ਬਸ ਮੰਮੀ ਮੰਮੀ ਵੱਡੀ ਮੰਮੀ ਕਹਿ ਕੇ ਇਹਨਾਂ ਦੀ ਗੋਦੀ ਚੜ੍ਹ ਜਾਣਾ। ਉਹਨਾਂ ਨੂੰ ਵੀ ਆਪਣੀ ਮੰਮੀ ਨੂੰ ਵੀ ਜ਼ਿਆਦਾ ਉਹ ਸਾਡਾ ਦੋਵਾਂ ਦਾ ਮੋਹ ਕਰਦੀ ਸੀਗੀ। ਇਹਨਾਂ ਏਅਰਪੋਰਟ 'ਤੇ ਜਦੋਂ ਉਹਨਾਂ ਨੂੰ ਲੈਣ ਗਿਆ, ਤੁਸੀਂ ਐਂ ਲਾ ਲਓ ਵੀ ਮੇਰਾ ਮਨ ਇੰਨਾ ਕਾਲਾ ਪੈ ਰਿਹਾ ਸੀਗਾ, ਕਿਉਂਕਿ ਇੱਕ ਸਾਲ ਹੋ ਗਿਆ ਸੀ ਤਰਸਦਿਆਂ ਨੂੰ ਵੀ ਕਦ ਮੈਂ ਉਹਨੂੰ ਦੇਖਾਂ, ਕਦ ਮੈਂ ਉਹਨੂੰ ਉਹਦੇ ਗੋਦੀ ਚੱਕਾਂ। ਜਦੋਂ ਮੈਂ ਉਹਨਾਂ ਨੂੰ ਦੇਖਿਆ ਬਸ ਮੈਂ ਇੰਨਾ ਭਾਵੁਕ ਹੋ ਗਿਆ ਵੀ ਜਿਵੇਂ ਮੈਨੂੰ ਬਹੁਤ ਕੋਈ ਵੱਡੀ ਚੀਜ਼ ਐਂ ਲਾ ਲਓ ਵੀ ਦੁਨੀਆ ਦੀ ਸਾਰੀ ਖੁਸ਼ੀ ਮਿਲ ਗਈ ਹੁੰਦੀ ਹੈ। ਬਸ ਉਹਨੂੰ ਦੇਖ ਕੇ ਮੇਰੇ ਤੋਂ ਅੱਖਾਂ 'ਚ ਮੇਰੇ ਪਾਣੀ ਆ ਗਿਆ, ਖੁਸ਼ੀ ਤਾਂ ਇੰਨੀ ਮੈਂ ਦੱਸ ਵੀ ਨਹੀਂ ਸਕਦਾ ਮੈਨੂੰ ਕਿੰਨੀ ਖੁਸ਼ੀ ਉਸ ਟਾਈਮ। ਉਦੋਂ ਅਸੀਂ ਬਸ ਇਹ ਸੋਚਦੇ ਤੇ ਪਹਿਲਾਂ ਵੀ ਉਹਨੇ ਕਨੇਡਾ 'ਚ ਜਨਮ ਲਿਆ, ਪਤਾ ਨਹੀਂ ਸਾਨੂੰ ਆ ਕੇ ਪਹਿਚਾਣੂਗੀ ਜਾਂ ਸਾਡੇ ਕੋਲ ਆਊ ਜਾਂ ਨਹੀਂ ਆਊ, ਪਰ ਇਹ ਅਜਿਹਾ ਤਾਂ ਕੋਈ ਹੋਈ ਨਹੀਂ। ਉਹਨੇ ਭੱਜ ਕੇ ਜਦੋਂ ਸਾਨੂੰ ਕੋਈ ਪਹਿਲਾਂ ਤੋਂ ਹੀ ਜਾਣਦੀ ਹੁੰਦੀ ਹੈ, ਉਹਨਾਂ ਨੂੰ ਦੇਖ ਅਨੁਸਾਰ ਸਾਨੂੰ ਜਿਵੇਂ ਉਹਦੇ ਭੱਜ ਕੇ ਬਾਹਾਂ ਕੱਢੀਆਂ ਜਦੋਂ, ਬਸ ਬਹੁਤ ਜ਼ਿਆਦਾ ਫਿਰ ਉਹ ਪਲ ਕਦੇ ਜ਼ਿੰਦਗੀ 'ਚ ਭੁੱਲ ਨਹੀਂ ਸਕਦੇ। ਉਹ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਲਾਂ ਦੇ ਵਿੱਚੋਂ ਇੱਕ ਪਲ ਸੀ। ਮੇਰੀ ਪੋਤੀ ਗ੍ਰੇਸ ਦਾ ਬਹੁਤ ਪਿਆਰ ਆਉਂਦਾ ਮੈਨੂੰ, ਪਹਿਲੀ ਪਹਿਲੀ ਵਾਰ ਆਈ ਮੈਨੂੰ ਇੰਨਾ ਮਹਿਸੂਸ ਹੋਇਆ, ਮਣੀ ਜਸ ਨਾਲ ਗਗਨ ਨੂੰ ਵੀ ਵੱਧ ਪਿਆਰ ਕਰਿਆ। ਉਹ ਤਾਂ ਜਿਹੜੀ ਐਂ ਸਮਝ ਲਓ ਵੀ ਸਾਡੇ ਬੱਚਿਆਂ ਨੂੰ ਵੀ ਵੱਧ ਸਾਨੂੰ ਉਹਦਾ ਇਹਨੂੰ ਮੋਹ ਆਉਂਦਾ ਸੀਗਾ, ਆਪਦੀ ਮੰਮੀ ਕੋਲ ਨਹੀਂ ਸੀ ਜਾਂਦੀ, ਉਹਨੂੰ ਜੇ ਇਹਨੂੰ ਦੇਖ ਲੈਣਾ ਉਹਨੇ ਭੱਜ ਕੇ ਇਹਦੇ ਕੋਲ ਜਾਣਾ। ਤੁਸੀਂ ਜਿਹੜੀ ਸਾਨੂੰ ਐਂ ਮਹਿਸੂਸ ਹੁੰਦਾ ਸੀ ਵੀ ਜਿਵੇਂ ਸਾਡਾ ਕੋਈ ਜਨਮਾਂ ਦਾ ਉਹ ਹੈ, ਅਤੇ ਜਸ ਨੂੰ ਵੀ ਵੱਧ ਅਤੇ ਮਨਦੀਪ ਨੂੰ ਵੀ ਵੱਧ ਇਹਦਾ ਉਹ ਪਿਆਰ ਕਰਦੀ ਜਿਵੇਂ ਛੋਟੇ ਹੁੰਦੇ ਉਹ ਕਰਦੇ ਸੀਗੇ ਨਾ, ਉਹਨਾਂ ਨੂੰ ਵੀ ਵੱਧ ਇਹਦਾ ਮੋਹ ਕਰਦੀ ਹੁੰਦੀ ਸੀ।